थोड़ा जो गुड़ है, खंड है, लौंग है, इलायची है, पत्ती है। चार जी आंदी है हुण। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਤੁਹਾਨੂੰ ਇਹਦੇ ਵਿੱਚ ਚਾਹ ਬਣਾ ਕੇ ਦਿਖਾਉਣੀ। ਆਪਾਂ ਪਹਿਲਾਂ ਪੀਜ਼ਾ ਵੀ ਇਹਦੇ ਵਿੱਚ ਬਣਾਇਆ ਸੀ, ਤਾਂ ਕਰਕੇ ਇਹ ਮਾੜਾ ਮੋਟਾ ਵਿੱਚੋਂ ਆਹ ਹੋ ਗਿਆ, ਕਾਲਾ ਜਿਹਾ ਮਾਂਜਿਆ ਹੋਇਆ ਸਰਫ ਨਾਲ। ਅਤੇ ਅੱਜ ਆਪਾਂ ਇਹ ਚਾਹ ਬਣਾ ਕੇ ਦਿਖਾਵਾਂਗੇ ਤੁਹਾਨੂੰ। ਇਹ 'ਚ ਅੱਧਾ ਗਲਾਸ ਪਾਣੀ ਦਾ ਪਾਤਾ, ਅਤੇ ਪਾਣੀ ਗਰਮ ਧਰਿਆ ਸੀ, ਅੱਗ ਬਣੀ ਹੋਈ ਹੈ ਵਾਧੂ, ਆਪਾਂ ਅੱਗ 'ਚ ਹੀ ਰੱਖ ਕੇ ਬਣਾਉਣੀ ਹੈ ਚਾਹ। ਕੱਪੜੇ ਕੁੱਪੜੇ ਧੋਤੇ ਸੀਗੇ, ਪਾਣੀ ਗਰਮ ਵਾਧੂ ਕੀਤਾ ਸੀ, ਇਹਦੇ 'ਚ ਅੱਗ ਵਾਹਵਾ ਬਣੀ ਹੋਈ ਹੈ। ਉੱਤੋਂ ਆਪਾਂ ਢੱਕ ਦਿਆਂਗੇ ਕਿਰਾਂ, ਜੇ ਪਾਣੀ ਗਰਮ ਹੋ ਗਿਆ ਉਦੋਂ ਚਾਹ ਮਿੱਠਾ ਪਾਉਂਗੇ ਵਿੱਚ। ਪਾਣੀ ਗਰਮ ਹੋ ਗਿਆ, ਆ ਥੋੜ੍ਹਾ ਜਿਹਾ ਗੁੜ ਹੈ, ਖੰਡ ਹੈ, ਲੌਂਗ ਹੈ, ਇਲਾਇਚੀ ਹੈ, ਪੱਤੀ ਹੈ। ਆਪਾਂ ਜੇ ਰਿੱਝਣ ਲੱਗ ਗਈ ਫਿਰ ਦੁੱਧ ਪਾਵਾਂਗੇ। ਚਾਹ ਰਿੱਝਣ ਲੱਗ ਗਈ ਹੁਣ, ਜੇ ਚੰਗੀ ਤਰ੍ਹਾਂ ਰਿੱਝ ਗਈ, ਗੁੜ ਪੱਕ ਗਿਆ, ਫਿਰ ਆਪਾਂ ਦੁੱਧ ਪਾਉਣੇ ਹੈਗੇ। ਦੁੱਧ ਵੀ ਆਪਾਂ ਥੋੜ੍ਹਾ ਜਿਹਾ ਕੋਸਾ ਧਰਿਆ ਸੀ ਪਾਸੇ ਜੇ, ਅਤੇ ਵੀ ਆਹ ਚਾਹ ਰਿੱਝੀ ਜਾਂਦੀ ਹੈਗੀ। ਆਪਾਂ ਹੁਣ ਦੁੱਧ ਪਾਉਣ ਲੱਗੇ ਹਾਂ, ਦੁੱਧ ਥੋੜ੍ਹਾ ਜਿਹਾ ਬਚ ਗਿਆ, ਪਾ ਹੀ ਦਿੰਦੇ ਹਾਂ ਸਾਰਾ। ਉੱਤੋਂ ਢੱਕ ਦਿਆਂਗੇ, ਰਿੱਝਣ ਲੱਗ ਗਈ ਲਾਹ ਲਾਂਗੇ, ਹਲੇ ਰਿੱਝਣ ਨਹੀਂ ਲੱਗੀ, ਬਸ ਰਿੱਝਣ ਵਾਲੀ ਹੈ, ਫਿਰ ਆਪਾਂ ਲਾਹਾਂਗੇ। ਰਿੱਝੇ ਪੈਂਦੀ ਜਾਂਦੀ ਹੈਗੀ, ਇਸ ਤਰ੍ਹਾਂ ਚਾਹ ਵੀ ਬਹੁਤ ਵਧੀਆ ਸਵਾਦ ਬਣਦੀ ਹੈ। ਮਿੱਟੀ ਦੇ ਭਾਂਡੇ 'ਚ ਚਾਹ ਬਣਾਈਏ ਤਾਂ ਚਾਰ ਜੀ ਆਉਂਦੀ ਹੈ ਹੁਣ, ਵਿੱਚੇ ਵਿੱਚ ਉੱਤੇ ਝਾਗਾ ਹੈ, ਵਿੱਚ ਚਾਰ ਜੀ ਆਉਂਦੀ ਹੈ। ਚਾਹ ਆਪਣੀ ਬਣ ਗਈ ਹੈ, ਬਸ ਬਸ ਹੁਣ ਆਪਾਂ ਲਾਉਣੇ ਹਾਂ। ਚਾਹ ਬਹੁਤ ਰਿੱਝ ਗਈ, ਆਪਾਂ ਹੁਣ ਲਾਉਣ ਲੱਗੇ ਹਾਂ। ਇਸ ਤਰ੍ਹਾਂ ਫੜ ਕੇ ਲਾਉਣੀ ਪਊਗੀ, ਤਾਂ ਭਾਂਡਾ ਤਾਂ ਪਹਿਲਾਂ ਲਾਹ ਤਾ, ਗਰਮ ਹੁੰਦਾ ਇਹ ਮਿੱਟੀ ਦਾ ਭਾਂਡਾ ਜ਼ਿਆਦਾ। ਆ ਜਾ ਵੀ ਰਿੱਝੀ ਜਾਂਦੀ ਹੈ, ਵੇਖੋ ਹੁਣ ਆਪਾਂ ਇਹ 'ਚ ਪਾਵਾਂਗੇ। ਚਾਹ ਦੇਖੋ ਕਿੱਡੀ ਵਧੀਆ ਬਣੀ ਹੈਗੀ ਮਿੱਟੀ ਦੇ ਭਾਂਡੇ 'ਚ। ਇਹ 'ਚ ਭਲਾ 2 ਘੰਟੇ ਚਾਹ ਪਈ ਰਵੇ, ਸਰਦੀ ਨਹੀਂ ਹੈਗੀ ਹੈ, ਅਤੇ ਉਸੇ ਤਰ੍ਹਾਂ ਪਈ ਰਹਿੰਦੀ ਹੈ। ਦੂਜੇ ਭਾਂਡੇ 'ਚ ਚਾਹ ਆਪਾਂ 2 ਘੰਟਾ ਅੱਧਾ ਘੰਟਾ ਰੱਖ ਦਈਏ ਤਾਂ ਹੋਰ ਹੀ ਸਵਾਦ ਹੋ ਜਾਂਦਾ ਉਹਦਾ, ਇਹਦੇ 'ਚ ਉਸੇ ਤਰ੍ਹਾਂ ਪਈ ਰਹਿੰਦੀ ਹੁੰਦੀ ਹੈ ਮਿੱਟੀ। ਮੈਂ ਰੱਖ ਕੇ ਦੇਖੀ ਹੈ। ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ।